ਅਸੀਂ 18 ਕੁ ਜੇ ਮੰਦਰ ਚ ਆਏ ਹਾਂ ਤੁਹਾਨੂੰ ਦਿਖਾਉਣੇ ਹਾਂ 18 ਕੁ ਜੇ ਮੰਦਰ ਅੰਦਰੋਂ ਦੇਖੋ ਕਿੰਨਾ ਵਧੀਆ ਬਣਾਇਆ ਗਿਆ ਦੇਖੋ ਪੱਖੇ ਚੱਲ ਰਹੇ ਨੇ ਇੱਧਰ ਮੂਰਤੀ ਆ ਜੀ ਇਹ 18 ਕੁ ਜੇ ਮੰਦਰ ਆ ਆਹ ਦੇਖੋ ਸ਼ਿਵਲਿੰਗ ਪਈ ਆ ਦੇਖੋ 18 ਕੁ ਜੇ ਮੰਦਰ ਇਹ ਨਾਭੇ ਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਜਾ ਕੇ ਹਾਂਜੀ ਬੈਠੇ ਨੇ ਆਹ ਦੇਖੋ ਜੀ ਕੈਮਰੇ ਲਵਾ ਰਹੇ ਨੇ ਦੇਖੋ ਅੰਦਰੋਂ ਦਿਖਾਇਆ ਹੁਣ ਤੁਹਾਨੂੰ ਬਾਹਰੋਂ ਦਿਖਾਉਂਦੇ ਹਾਂ ਜੀ 18 ਪੂਜੀ ਮੰਦਰ ਹੈ ਸਾਡੇ ਨਾਭੇ ਦਾ ਆਹ ਦੇਖੋ ਜੀ ਮੂਰਤੀ ਮੰਦਰ ਦੀ ਬੈਕ ਸਾਈਡ ਹੈ ਰਾਮ ਜੀ ਦੀ ਫੋਟੋ ਲੱਗੀ ਹੋਈ ਆ ਇਹ 18 ਮੂਰਤੀਆਂ ਨੇ ਜੀ ਇਹਦੇ 'ਚ ਦੇਖੋ ਚੱਲ ਰਿਹਾ ਇਹ ਬੈਕ ਸਾਈਡ ਆ ਮੰਦਰ ਦੀ ਭਜਨ ਚੱਲ ਰਹੇ ਨੇ ਤੁਹਾਨੂੰ ਆਵਾਜ਼ ਸੁਣੂ ਘੱਟ ਸੁਣੂਗੀ ਇਹ ਬੈਕ ਸਾਈਡ ਆ ਮੰਦਰ ਦੀ ਹਨੂੰਮਾਨ ਜੀ ਦੀ ਫੋਟੋ ਲੱਗੀ ਹੋਈ ਆ ਦੇਖੋ ਇਹ ਫੋਟੋਆਂ ਲੱਗੀਆਂ ਹੋਈਆਂ ਨੇ ਸਾਰੀਆਂ ਇਹ 18 ਪੂਜੀ ਮੰਦਰ ਆ ਸਾਡਾ ਦੇਖੋ ਮੰਦਰ ਕਿਆ ਖੂਬਸੂਰਤ ਮੰਦਰ ਬਣਾਇਆ ਹੋਇਆ ਜੀ ਦੇਖੋ ਤੁਹਾਨੂੰ ਦਿਖਾਉਂਦੇ ਬਾਹਰ ਜਾ ਕੇ ਸਾਹਮਣੇ ਦੇਖੋ ਮੰਦਰ ਫਿਰ ਛੋਟਾ ਮੰਦਰ ਬਣਾਇਆ ਹੋਇਆ ਆਹ ਰਾਧਾ ਕ੍ਰਿਸ਼ਨ ਜੀ ਦੇਖੋ ਜੀ ਰਾਧਾ ਕ੍ਰਿਸ਼ਨ ਜੀ ਆਹ ਦੇਖੋ ਸਾਹਮਣੇ ਮੰਦਰ ਹੈ ਜੀ ਤੁਲਸੀ ਮਾਤਾ ਦਾ ਜੀ ਉਹ ਭੰਡਾਰੇ ਦਾ ਸਮਾਨ ਪਿਆ ਲੰਗਰ ਚਲਾਉਂਦੇ ਨੇ ਦੇਖੋ ਸਾਰਾ ਸਮਾਨ ਮੰਦਰ ਦਾ ਜੀ ਲੰਗਰ ਚਲਾਉਂਦੇ ਨੇ ਜਦ ਬਾਲਟੀਆਂ ਟੱਬ ਸਾਰਾ ਕੁਛ ਲੰਗਰ ਹਾਲ ਦਾ ਹੀ ਹੈ ਜੀ ਮੰਦਰ ਦਾ ਹੀ ਆਹ ਦੇਖੋ ਭੱਠੀਆਂ ਪਈਆਂ ਨੇ ਆਹ ਮੂਰ ਆਹ ਫਿਰ ਮੰਦਰ ਆ ਜੀ ਆਹ ਤੁਲਸੀ ਮਾਤਾ ਜੀ ਆ ਆਹ ਦੇਖੋ ਸਾਹਮਣੇ ਬੋਰਡ ਲੱਗੇ ਪਏ ਨੇ ਫੋਟੋਆਂ ਨੇ ਦੇਖੋ ਜੀ ਤੁਹਾਨੂੰ ਬਾਹਰ ਜਾ ਕੇ ਦਿਖਾਉਂਦੇ ਹਾਂ ਗੇਟ ਮੇਨ ਗੇਟ ਆਹ ਦੇਖੋ ਇਹ 18 ਪੂਜੀ ਦਾ ਗੇਟ ਹੈ ਜੀ ਆਹ ਪਿੱਪਲ ਲੱਗਿਆ ਹੋਇਆ ਇਹਦੇ ਪਾਸੇ ਪਿਛਲੇ ਪਾਸੇ PPS ਸਕੂਲ ਆ ਆਹ ਦੇਖੋ ਜੀ ਤੁਲਸੀ ਮਾਤਾ ਜੀ ਲੱਗੇ ਹੋਏ ਆ ਤੁਲਸੀ ਮਾਤਾ ਦਾ ਬੂਟਾ ਜੀ ਇਹ ਅਤੇ ਮੂਰਤੀ ਦਿਖਾਉਂਦੇ ਹਾਂ ਤੁਹਾਨੂੰ ਇਹ ਬਾਬਾ ਜੀ ਦੀ ਮੂਰਤੀ ਆ ਜਿਹੜੇ ਉਰੇ 'ਤੇ ਪਹਿਲਾਂ ਜਿਹੜਾ ਸੇਵਾ ਕਰਦੇ ਤੇ ਜੀ ਆਹ ਜੋਤ ਚੱਲ ਰਹੀ ਆ ਇਹ ਅਸੀਂ 18 ਪੂਜੀ ਮੰਦਰ 'ਚ ਨਾਭੇ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਗੇਟ ਜਾ ਕੇ ਸਾਹਮਣੇ ਦੇਖੋ ਮੰਦਰ ਕਿੰਨਾ ਵਧੀਆ ਬਣਾਇਆ ਹੋਇਆ ਜੀ ਲਾ ਕੇ ਡੈਕੋਰੇਸ਼ਨ ਮੰਦਰ ਦੀ ਕਰੀ ਵੀ ਆ ਠੀਕ ਹੈ ਜੀ ਆਹ ਤੁਹਾਨੂੰ ਬਾਹਰ ਦਿਖਾਉਂਦੇ ਹਾਂ ਗੇਟ ਮੰਦਰ ਜੀ ਦਾ ਆਹ ਦੇਖੋ ਇਹ ਬੋਰਡ ਪਏ ਨੇ ਫਲੈਕਸ ਬੋਰਡ ਇਹਨਾਂ 'ਤੇ ਫਲੈਕਸ ਲੱਗਦੀ ਹੈ ਜੀ ਅਤੇ ਆਹ ਮੰਦਰ ਆ 18 ਪੂਜੀ ਮੰਦਰ ਬੱਚੇ ਮੇਰੇ ਨਾਲ ਨੇ ਆਹ ਮੇਨ ਗੇਟ ਆ ਇੱਕ ਬਾਹਰ ਗੇਟ ਆ ਅਤੇ ਇੱਕ ਗੇਟ ਇਹ ਲੱਗਿਆ ਹੋਇਆ ਜੀ